ਕਹਿਣਾ ਚਾਹੂੰਗੀ ਅੱਜ ਕੁਛ ਘੰਟੇ ਤੁਹਾਡੇ ਕੋਲ ਰਹਿ ਗਏ ਨੇ ਕੰਪੇਨ ਦੇ। ਦੇਖੋ ਕੰਮ ਕਰਨਾ, ਸੇਵਾ ਕਰਨੀ ਹੈ ਲੋਕਾਂ ਦੀ, ਪਹਿਲਾਂ ਵੀ 2 ਸਾਲ ਕੀਤੀ ਆ, ਹੁਣ ਵੀ ਜਦੋਂ ਲੋਕ ਆਸ਼ੀਰਵਾਦ ਦੇ ਕੇ ਭੇਜੂਗੇ ਉੱਥੇ ਵਿਧਾਨ ਸਭਾ 'ਚ ਇਹਨਾਂ ਦੀ ਆਵਾਜ਼ ਬਣ ਕੇ ਬੋਲੂੰਗਾ, ਲੋਕ ਵਿਧਾਨ ਸਭਾ 'ਚ ਵੀ ਬੋਲਿਆ ਔਰ ਲੋਕ ਸਭਾ 'ਚ ਵੀ ਇਹਨਾਂ ਦੀ ਆਵਾਜ਼ ਬਣ ਕੇ ਬੋਲੂੰਗਾ। ਇਹ ਵਪਾਰੀ ਵਰਗ ਹੈ ਜਿੱਥੇ ਤੁਸੀਂ ਘੁੰਮ ਰਹੇ ਹੋ, ਵਪਾਰੀ ਵਰਗ ਦੀ ਕਿਸ ਤਰ੍ਹਾਂ ਸਪੋਰਟ ਮਿਲ ਰਹੀ ਹੈ ਆਮ ਆਦਮੀ ਪਾਰਟੀ ਨੂੰ ਅਤੇ ਫਰੈਸ਼ਰ ਪੱਪੀ ਨੂੰ? ਇਹ ਵਪਾਰੀ ਬਾਅਦ 'ਚ ਆ, ਪਹਿਲਾਂ ਮੇਰਾ ਪਰਿਵਾਰ ਹੈ। ਅੱਜ ਯੋਗੀ ਆਦਿੱਤਿਆਨਾਥ ਆ ਰਹੇ ਨੇ, ਕੀ ਲੱਗ ਰਿਹਾ ਕਿ ਭਾਜਪਾ ਦੇ ਹੀ ਵੱਡੇ ਵੱਡੇ ਲੀਡਰ ਯੋਗੀਆਂ ਦੀ ਧਰਤੀ ਆ, ਬਾਬੇ ਨਾਨਕ ਦੀ ਧਰਤੀ ਹੈ, ਇੱਥੇ ਕੋਈ ਯੋਗੀ ਰਾਜਨੀਤੀ ਨਹੀਂ ਚੱਲਣੀ, ਇੱਥੇ ਦਾ ਅਸਲ ਯੋਗੀ ਫਿਰਦੇ ਆ। ਕਾਂਗਰਸ ਪਾਰਟੀ ਵੀ ਲਗਾਤਾਰ ਭਾਜਪਾ ਨਾਲ ਮਿਲ ਰਹੀ, ਕੀ ਲੱਗਦਾ ਕਿ 1 ਤਰੀਕ ਨੂੰ ਵੋਟਿੰਗ ਪੈਣੀ ਹੈ, ਵੋਟਿੰਗ ਵੱਧ ਕਿੱਧਰ ਪਏਗੀ? ਇਹ ਪਬਲਿਕ ਦਾ ਹੱਕ ਆ, ਵੱਧ ਘੱਟ ਤਾਂ ਹੁਣ ਪਬਲਿਕ ਨੇ ਪਾਉਣੀ ਹੈ, ਜਿਹਨਾਂ ਜਿਹਨੂੰ ਮਾਲਕ ਨੇ ਵਡਿਆਈ ਦੇਣੀ ਆ ਉਹਨੂੰ ਮਿਲਣੀ ਆ। ਪ੍ਰੈਸ਼ਰ ਸਾਹਿਬ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਲੋਕਾਂ ਦੇ ਪਹਿਲ ਦੇ ਆਧਾਰ 'ਤੇ ਕਿਹੜੇ ਕੰਮ ਨੇ ਜਿਹੜੇ ਉਹ ਸ਼ੁਰੂ ਹੋ ਜਾਣਗੇ? ਇੰਨਾ ਮੈਨੂੰ ਪਤਾ ਹੈ ਗਿੱਦੜਬਾਏ ਨਹੀਂ ਜਾਣਾ ਲੋਕਾਂ ਨੇ, 180 ਕਿਲੋਮੀਟਰ ਸ਼ਾਹਪੁਰ ਰੋਡ 'ਤੇ ਹੀ ਜਾਣਾ ਸਾਰਾ। ਸਰ ਕੰਮ ਕਿਹੜੇ ਜਿਹੜੇ ਹੈਗੇ ਨੇ, ਜਿਸ ਤਰ੍ਹਾਂ ਕਿਹੜੇ ਕੰਮ ਨੇ ਉਹ ਸ਼ੁਰੂ ਹੋ ਜਾਣਗੇ ਜਿਹੜੇ ਹੋਰ ਸਾਰੇ ਕੰਮ ਕਰਾਂਗੇ? ਪਹਿਲਾਂ ਵੀ ਕੀਤੇ ਆ ਕੰਮ, ਹੁਣ ਵੀ ਕਰਾਂਗੇ। ਆਮ ਆਦਮੀ ਪਾਰਟੀ ਜ਼ਿੰਦਾਬਾਦ। ਮਤਦਾਨ ਵਾਲਿਆਂ ਨੂੰ ਇਹੀ ਹੈ ਵੀ ਵੱਧ ਤੋਂ ਵੱਧ ਵੋਟਿੰਗ ਕਰੋ, ਆਪਣੀ ਵੋਟ ਦਾ ਇਸਤੇਮਾਲ ਕਰਕੇ ਲੋਕਤੰਤਰ ਨੂੰ ਮਜ਼ਬੂਤ ਕਰੋ। ਠੀਕ ਹੈ, ਪੰਜ ਸੱਤ ਮਿੰਟ ਦਾ ਦੌਰਾਨ ਮਿਲਣਾ, ਪਾਣੀ ਪੂਣੀ ਪੀਓ, ਅਸੀਂ ਜਿੰਨੇ ਵੀ ਇੱਥੇ ਸਾਰੇ ਭਰਾ ਜਗਾਉਂਦੇ ਹਾਂ, ਸਿਰਫ 2 ਮਿੰਟ ਵਾਸਤੇ ਪੱਪੀ ਜੀ ਉਗਾਹ ਹੈ, ਪੱਪੀ ਜੀ ਤੁਹਾਡੇ ਨਾਲ ਪਿਆਰ ਸਾਂਝਾ ਕਰਨਗੇ, ਉਸ ਤੋਂ ਬਾਅਦ ਪੱਪੀ ਜੀ ਫਿਰ ਬਹੁਤ ਜਗ੍ਹਾ ਕੋਈ ਅੱਜ ਰਾਸ਼ ਦਿੰਦਾ। ਹਾਂਜੀ ਪੱਪੀ ਜੀ ਆ ਗਏ। ਵੀਰ ਬਜਰੰਗੀ ਮੋਲਪੁਰਾ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬਾਨ, ਮੈਂਬਰ ਸਾਹਿਬਾਨ, ਸਾਰੇ ਮੇਰੇ ਦੁਕਾਨਦਾਰ ਵੀਰ ਔਰ ਸੇਲਮੈਨ ਔਰ ਜਿਹੜੇ ਮੇਰੇ ਨਾਲ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਸੀਨੀਅਰ ਆਗੂ, ਵਲੰਟੀਅਰ ਸਾਥੀ ਸਾਰੇ ਅੱਜ ਦੇ ਆਏ ਪ੍ਰੋਗਰਾਮ ਦੇ
ਕਰਤਾ ਧਰਤਾ ਤੇ ਅਜੇ ਨਹੀਂ ਹੈ ਟੈਂਕੀ ਦੀ, ਸਾਰਿਆਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਵੀ ਕਰਦਾ। ਤੁਸੀਂ ਦਾਸ ਨੂੰ 2 ਸਾਲ ਪਹਿਲਾਂ ਹਲਕਾ ਸੈਂਟਰ ਦੀ ਸੇਵਾ ਦਿੱਤੀ ਸੀ, ਦਾਸ ਨੇ 2 ਸਾਲ ਸੇਵਾ ਨਿਭਾਈ। ਮੇਰੀ ਸੇਵਾ ਨੂੰ ਦੇਖਦੇ ਹੋਏ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਅੱਜ 1 ਹਲਕੇ ਤੋਂ ਛੱਡ ਕੇ 9 ਹਲਕਿਆਂ ਦੀ ਜ਼ਿੰਮੇਵਾਰੀ ਦਿੱਤੀ ਹੈ। ਕਿਉਂਕਿ ਨੀਅਤ ਤੇ ਨੀਤੀ ਦੇ ਨਾਲ ਕੰਮ ਕੀਤਾ, ਨੀਅਤ ਤੇ ਨੀਤੀ ਨਾਲ ਕੰਮ ਕੀਤਾ, 2 ਸਾਲ ਆਪਣੇ ਹਲਕੇ ਦੀ ਸੇਵਾ ਕੀਤੀ ਆ, ਉਹੀ ਸੇਵਾ ਅੱਜ 9 ਹਲਕਿਆਂ ਦੇ ਵਿੱਚ ਗਈ ਆ, ਤਾਂ ਹੀ ਇਸ ਐਡੀ ਵੱਡੀ ਜ਼ਿੰਮੇਵਾਰੀ ਮਿਲੀ ਆ। ਤੁਹਾਡੇ ਨਾਲ ਵਾਅਦਾ ਕਰਦਾ ਵਾਂ ਲੁਧਿਆਣਾ ਲੋਕ ਸਭਾ ਦਾ ਅੱਜ ਮੈਨੂੰ ਸੇਵਾਦਾਰ ਬਣਾਉਣ ਲਈ ਤੁਸੀਂ ਸਾਰੇ ਤਿਆਰ ਹੋ। ਮੈਨੂੰ ਜਿੰਨਾ ਪਿਆਰ ਪਿੰਡਾਂ 'ਚ ਸ਼ਹਿਰਾਂ 'ਚ, ਮੈਂ ਤੁਹਾਡੇ ਲੁਧਿਆਣਾ ਵਾਸੀਆਂ ਨਾਲ ਇਸ ਗੱਲ ਦਾ ਵਾਅਦਾ ਕਰਦਾ ਕਿ ਬੋਲੂੰਗਾ ਮੈਂ ਦਿੱਲੀਓ, ਆਵਾਜ਼ ਲੁਧਿਆਣੇ ਤੱਕ ਆਊਗੀ, ਤੁਹਾਡੇ ਹੱਕਾਂ ਪਿੱਛੇ ਲੜੂੰਗਾ। ਮੈਂ ਆਪਣੇ ਹਲਕੇ ਦੀਆਂ ਵਿਧਾਨ ਸਭਾ 'ਚ ਦੇਖਿਆ ਹੋਣਾ ਤੁਸੀਂ, ਅੱਜ ਤੱਕ ਜਿਹੜੇ ਪਹਿਲਾਂ ਨੁਮਾਇੰਦੇ ਚੁਣੇ ਕਦੇ ਸੁੱਚੇ ਮੂੰਹ ਜਾਂਦੇ ਆ, ਸੁੱਚੇ ਮੂੰਹ ਹੀ ਆ ਜਾਂਦੇ ਆ, ਕਦੇ ਨਹੀਂ ਬੋਲਦੇ ਤੁਹਾਡੀਆਂ ਵੋਟਾਂ ਲੈ ਕੇ, ਸਿਰਫ ਆਪਣੀਆਂ ਰਾਜਨੀਤੀ ਰੋਟੀਆਂ ਸੇਕ ਕੇ ਉੱਥੋਂ ਆ ਜਾਂਦੇ ਆ। 5 ਵਾਰੀ ਵਿਧਾਨ ਸਭਾ 'ਚ ਬੋਲਿਆ, ਉਹੀ ਮੇਰੇ ਬੋਲ ਨੇ ਅੱਜ ਐਡੀ ਵੱਡੀ ਜ਼ਿੰਮੇਵਾਰੀ ਦਵਾਈ ਆ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕੇਂਦਰ ਦੀਆਂ ਸਰਕਾਰਾਂ ਜਿਹੜੀਆਂ ਹਮੇਸ਼ਾ ਪੰਜਾਬ ਦੇ ਨਾਲ ਧੱਕਾ ਕਰਦੀਆਂ ਨੇ, ਵੋਟਾਂ ਦਾ ਲੈ ਜਾਂਦੇ ਆ ਪੰਜਾਬ ਤੋਂ, ਪਰ ਪੰਜਾਬ ਦੇ ਹੱਕਾਂ ਦੀ ਕੋਈ ਗੱਲ ਨਹੀਂ ਕਰਦਾ। ਮੈਂ ਤੁਹਾਡੇ ਨਾਲ ਵਾਅਦਾ ਕਰਦਾ 8,000 ਕਰੋੜ ਰੁਪਈਆ ਜਿਹੜਾ ਕੇਂਦਰ ਦੀ ਸਰਕਾਰ ਪੰਜਾਬੀਆਂ ਦਾ ਹੱਕ ਬਣਿਆ ਹੋਇਆ ਰੱਖੀ ਬੈਠੀ ਆ, ਸਭ ਨਾਲੋਂ ਪਹਿਲਾਂ ਜਦੋਂ ਤੁਸੀਂ ਆਸ਼ੀਰਵਾਦ ਦੇ ਕੇ ਭੇਜਣਾ ਵਾ, ਸਭ ਨਾਲੋਂ ਪਹਿਲਾਂ ਉਹ ਪੰਜਾਬੀਆਂ ਦਾ ਜੋ ਬਣਦਾ ਹੱਕ ਆ ਉਹਨੂੰ ਲੈ ਕੇ ਆਊਂਗਾ, ਲੁਧਿਆਣੇ ਦੇ ਔਰ ਪੰਜਾਬ ਦੇ ਵਿਕਾਸ ਲਈ ਲੱਗੂਗਾ, ਤੁਹਾਡੇ ਸਾਰਿਆਂ ਲਈ। ਉੱਥੇ ਜਾ ਕੇ ਜਿਹੜੀ ਆਵਾਜ਼ ਸੁਣੋਗੇ, ਪਹਿਲੀ ਆਵਾਜ਼ ਇਹ ਸੁਣੂਗੀ ਬਈ ਪੰਜਾਬੀਆਂ ਦਾ ਹੱਕ, ਤੁਹਾਡੀ ਆਵਾਜ਼ ਬਣ ਕੇ ਬੋਲੂੰਗਾ ਉੱਥੇ। ਇਹ ਮੈਂ ਤੁਹਾਡੇ ਨਾਲ ਵਾਅਦਾ ਕਰਦਾ, ਤੁਸੀਂ ਸਾਰੇ ਮੇਰੇ ਸਤਿਕਾਰਯੋਗ ਹੋ। ਸਮਾਂ ਘੱਟ ਅੱਜ ਲਾਸਟ ਘੰਟਿਆਂ ਦੇ ਹਿਸਾਬ ਨਾਲ ਰਹਿ ਗਏ, ਪਰ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਜਿਹੜਾ ਤੁਸੀਂ ਆਸ਼ੀਰਵਾਦ ਦਓਗੇ, ਤੁਹਾਡੇ ਆਸ਼ੀਰਵਾਦ ਨੂੰ ਉਹ ਤੁਹਾਡੇ ਕੰਮਾਂ ਦੇ ਰੂਪ ਦੇ ਵਿੱਚ ਵਾਪਸੀ ਕਰੂੰਗਾ, ਇਹ ਤੁਹਾਡੇ ਨਾਲ ਵਾਅਦਾ ਕਰਦਾ। ਇੱਕ ਗੱਲ ਲਾਸਟ ਕਰਕੇ ਤੁਹਾਡੇ ਤੋਂ ਸ਼ਮਾ ਮੰਗੂੰਗਾ, ਕਿਉਂਕਿ ਅੱਗਿਓਂ ਕਰੀਮਪੁਰਾ ਬਾਜ਼ਾਰ ਫਿਰ ਅੱਜ ਰੋਡ ਸ਼ੋਅ ਵੀ ਆ, ਬਹੁਤ ਲੰਬਾ ਸਮਾਂ ਲੱਗਣਾ, ਪਰ ਮੈਂ ਇੱਕੋ ਗੱਲ ਕਹੂੰਗਾ ਤੁਹਾਨੂੰ ਕਿ ਪਹਿਲੀ ਤਰੀਕ ਨੂੰ 1 ਨੰਬਰ ਦਾ ਬਟਨ ਦਬਾ ਕੇ ਝਾੜੂ ਨੂੰ ਵੋਟ ਪਾ ਲਓ। ਤੁਸੀਂ ਅੱਗੇ ਵੀ 92 ਮੈਂਬਰ ਚੁਣ ਕੇ ਵਿਧਾਨ ਸਭਾ